ਤਾਂ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਮੈਂ ਸਮਝਦਾਰ ਦੀ ਯੂਟੀਊਬ ਚੈਨਲ 'ਤੇ। ਜੇ ਹਾਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਵੱਧਦੇ ਹਾਂ ਵੀਡੀਓ ਵੱਲ। ਅੱਜ ਆਪਾਂ ਗੱਲ ਕਰਾਂਗੇ ਜੀ ਕਰਨ ਔਜਲਾ ਬਾਈ ਬਾਰੇ, ਗੀਤਾਂ ਦੀ ਮਸ਼ੀਨ ਬਾਰੇ, ਜਿਨ੍ਹਾਂ ਦੀ ਵੀ ਐਲਬਮ ਆ ਰਹੀ ਹੈ, ਜਿਸ ਦਾ ਨਾਮ ਉਹਨਾਂ ਨੇ ਪਹਿਲਾਂ ਰਿਵੀਲ ਕੀਤਾ ਸੀ ਜੋ ਕਿ ਸੀ ਡਾਇਮੰਡ ਇਨ ਦ ਡਰਟ। ਅਤੇ ਹੁਣ ਇੱਕ ਹੋਰ ਅਪਡੇਟ ਆ ਰਹੀ ਹੈ ਜੋ ਕਿ ਸਿੱਧਾ ਉਹਨਾਂ ਦੇ ਟੀਮ ਮੈਂਬਰਸ ਵੱਲੋਂ ਆ ਰਹੀ ਆ। ਕੱਲ੍ਹ ਹੀ ਇੱਕ ਪਹਿਲਾਂ ਸਿੱਧੂ ਮੂਸੇਵਾਲੇ ਬਾਈ ਬਾਰੇ ਗੱਲ ਕਰੀਏ ਅਤੇ ਉਹਨਾਂ ਨੇ ਆਪਣਾ ਟੀਜ਼ਰ ਲਾਂਚ ਕੀਤਾ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਐਲਬਮ ਜਿਹੜੀ ਉਹ 15 ਮਈ ਨੂੰ ਆ ਰਹੀ ਆ। ਇਹ ਰਹੀ ਇੱਕ ਪਾਸੇ ਦੀ ਗੱਲ, ਪਰ ਹੁਣ ਦੀਪ ਰਿਹਾਨ ਜੋ ਕਿ ਉਹਨਾਂ ਦੇ ਦੋਸਤ ਨੇ, ਉਹਨਾਂ ਦੇ ਟੀਮ ਮੈਂਬਰ ਨੇ, ਉਹਨਾਂ ਨੇ ਦੱਸਿਆ ਹੈ ਕਿ ਜਿਹੜੀ ਐਲਬਮ ਹੈ ਹੁਣ, ਮਤਲਬ ਉਹਨਾਂ ਨੇ ਸਟੋਰੀ ਪਾਈ ਹੈ ਜਿਸ ਵਿੱਚ ਉਹਨਾਂ ਲਿਖਿਆ 16/5/2021, ਮਤਲਬ ਇਹ ਐਲਬਮ ਜਿਹੜੀ ਹੈ ਉਹ 16 ਨੂੰ ਆ ਸਕਦੀ ਹੈ ਅਤੇ 16 ਨੂੰ ਹੀ ਆਏਗੀ। ਇਹਨਾਂ ਤੋਂ ਇਲਾਵਾ ਇੱਕ ਦੋ ਹੋਰ ਟੀਮ ਮੈਂਬਰਸ ਨੇ ਸੇਮ ਸਟੋਰੀ ਪਾਈ ਹੈ ਜਿਸ ਵਿੱਚ ਉਹਨਾਂ ਨੇ ਸਿੰਪਲ ਲਿਖਿਆ 16/5/2021। ਕਹਿਣ ਦਾ ਭਾਵ ਇਹ ਹੈ ਕਿ ਹੁਣ 15 ਨੂੰ ਆ ਰਹੀ ਹੈ ਮੂਸ ਟੇਪ, ਜਿਸ ਵਿੱਚ ਪਤਾ ਨਹੀਂ 25 ਤੋਂ ਵੱਧ ਗਾਣੇ ਹੈ, ਠੀਕ ਹੈ। ਡਾਇਮੰਡ ਇਨ ਦ ਡਰਟ ਆ ਰਹੀ ਹੈ ਜਿਸ ਵਿੱਚ ਪਤਾ ਹੀ ਨਹੀਂ ਕਿੰਨੇ ਗਾਣੇ ਹੋਣਗੇ ਅਤੇ ਕਿੰਨੇ ਬੈਂਗਰ ਹੋਣਗੇ, ਠੀਕ ਹੈ। ਅਤੇ ਹੁਣ ਮਤਲਬ ਅੱਤ ਹੋਣ ਵਾਲੀ ਹੈ ਕਰਨ ਔਜਲਾ ਫੈਨਸ ਵਰਸਿਸ ਸਿੱਧੂ ਮੂਸੇਵਾਲਾ ਫੈਨਸ। ਤੁਸੀਂ ਕਮੈਂਟ ਕਰਕੇ ਦੱਸੋ ਮੈਨੂੰ ਤੁਸੀਂ ਕਿਸ ਦੇ ਫੈਨ ਹੋ, ਅਤੇ ਇਹੋ ਜਿਹੀਆਂ ਅਪਡੇਟਸ ਵਾਸਤੇ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ। ਤੁਹਾਨੂੰ ਇਸ ਚੈਨਲ 'ਤੇ ਘੈਂਟ ਘੈਂਟ ਅਪਡੇਟਸ ਮਿਲਦੀਆਂ ਰਹਿੰਦੀਆਂ ਨੇ, ਅਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਉਦੋਂ ਤੱਕ ਬਾਏ ਬਾਏ।